तीन डंग चोरों से जे गलते आना जे गलते आना रुपया 50,000 दू तीन डंग मेनू चोन दे चुप कर कल दी पूतनी सिव्या चद कच्चियां गोलियां मैं भी नहीं मुंडिया खेडिया बुढ़े नूं ही ना जानी हां कुश्ती करनी है कुश्ती भी करन नूं तैयार अज तेरे नाल मैं संगत दी किवें मनेगा मैनू पहला ए दस जवाब दे नंबरदार तां नंबरदार ही रहू यार घर चिक दी चलदी हुंदी आ क्यों इहदा चेला किथों दा फकीर जोगी आ जानती है भज्जी हीर जोगी आ। वीडियो सबसे पहले देखने के लिए चैनल को सब्सक्राइब करें, घंटी का बटन ऑल पे कर दे ताकि सभी नोटिफिकेशन आप तक सबसे पहले पहुंच जाए। धन्यवाद। मैडम जी फोन सुन ला। फोन सुनो जी। फड़ी फड़ी। बेटे परां जा चले अभी कट के दे मैडम जी। चलो उधर। कोई नहीं बच्चे पहला बस धारा मारो भाई। आ जाओ जी आ जाओ जनाब। धारा मार भाई। ਐਨ ਆਪਦਾ ਸਾਰੀ ਲਿਓਟੀ ਫਰੋਲ ਲੈ ਕੋਈ ਗੱਠ ਛੱਠ ਪਹਿਲਾਂ ਤੂੰ ਪਾਸ ਕਰ ਪਿੱਛੋਂ ਮੈਂ ਕਰੂੰ ਕਿਉਂ ਜੀ ਤੈਂ ਪੈਸੇ ਲਾਉਣੇ ਨੇ ਬਾਈ ਦੇਖ ਵਜਾ ਕੇ ਲਈ ਸੌਦਾ ਕਿਉਂ ਜੀ ਕਿਵੇਂ ਆ ਉਹ ਤਾਂ ਹੋਰ ਨੇ ਨਾ ਜੀ ਗਾਲ ਕਿਹੜਾ ਸੀ ਪਾਗਲਾਂ ਉਰੇ ਲੜਾਈ ਹੋ ਰਹੀ ਹੈ ਵੀ ਕਾਰਗਿਲ ਦੀ ਲੜਾਈ ਲੱਗ ਰਹੀ ਉਰੇ ਕਿਉਂ ਦੇਵਾਂਗੇ ਗਾਲ ਕਰਦੇ ਹਾਂ ਸੌਦੇ ਬੱਕਰੀਆਂ ਦੇ ਆਪਾਂ ਕਿਹੜੇ ਲੜਨਾ ਆ ਕਾਹਨੂੰ ਨਿਕਲਦੀ ਆ ਗਲਤੀ ਨਾਲ ਆਪਾਂ ਲੜਾਈ ਨੀ ਕਰਨੀ ਸੌਦੇ ਕਰਨ ਆਏ ਆ ਸੌਦੇ ਕਰ ਰਹੇ ਆ ਕਿਉਂ ਲੜਾਂਗੇ ਹਾਂਜੀ ਹਾਂਜੀ ਭਾਈ ਮੈਨੂੰ ਤਾਂ ਦੇਖ ਲੈਣ ਦੋ ਕੋਈ ਨਾ ਬੱਚੇ ਇੱਥੇ ਆ ਫੋਟੋ ਕਰਨਾ ਜਵਾਕ ਦੀ ਖਰਜਾ ਬਚਿਆ ਭਾਈ ਥੱਲਿਓਂ ਤਾਂ ਪਾਸ ਹੈ ਭਾਈ ਛੋਟੇ ਭਾਈ ਹੁਣ ਦੇਖ ਲੈ ਤੂੰ ਓਕੇ ਆ ਬੱਚੇ ਵੀ ਤਕੜੇ ਨੇ ਜੀ ਬੜੇ ਹੋਏ ਨੇ ਪੱਠ ਵੱਡੇ ਨੇ ਬੱਚੇ ਪੱਠ ਵੀ ਜਵਾਨ ਹੈ ਹੋ ਗਿਆ ਉਹ 2 ਮਹੀਨੇ ਦੇ ਨੇੜੇ ਸੋਈ ਦੋਏ ਬੱਚੇ ਨੇ ਮੇਵਣੀਆਂ ਨਹੀਂ ਬੱਚੇ ਸਮਾਂ ਪਲੇ ਹੋਏ ਨੇ ਪਾਲੇ ਹੋਏ ਨੇ ਭਾਈ ਪਾਲੇ ਹੋਏ ਨੇ ਜੀ ਬੱਚੇ ਤਕੜੇ ਨੇ ਸਿਆਲ ਸੁਣ ਦੇ ਮਹੀਨੇ ਕੋਈ ਦਿੱਕਤ ਨਹੀਂ ਆ ਇਹ ਤਾਂ ਪੱਤੇ ਵੀ ਖਾਂਦੇ ਨੇ ਤੀਰਾ ਵੀ ਖਾਂਦੇ ਹੋਣੇ ਲਾ ਦੇ ਚੋਲਾ ਭਾਈ ਪਚਵੰਜਾ ਹਜ਼ਾਰ ਚਲੋ ਬਾਈ ਤੇਰਾ ਮਾਲ ਆ ਜੇ 2 ਲੱਖ ਮੰਗ ਬਾਈ ਸਾਨੂੰ ਕੀ ਹੈ ਬੱਕਰੀ ਬਸ 30 ਕਰਨਾ ਚ ਲੈਣੀ ਆ ਵੱਧ ਨਹੀਂ ਮੈਨੂੰ ਪਤਾ ਯਾਰ ਰੁਪਿਆ ਲਾ 21,000 ਉੱਥੋਂ ਚੱਲੀ ਤੁਸੀਂ ਲਾਓ ਫਿਰ ਮੈਂ ਚਲਾਉਂਗਾ ਆ ਜਾਓ ਦੱਸ ਭਾਈ ਕੁਛ ਹੈ ਮੈਨੂੰ ਤਾਂ ਦੱਸਦਾ ਮੈਨੂੰ ਸੰਗ ਜੀ ਲੱਗਦੀ ਹੈ ਕਹਿੰਦੇ ਨੂੰ ਹੈ 21,000 ਹੈ ਬੋਲ 21,000 ਕਹਿੰਦਾ ਚਰਨੇ ਨਹੀਂ ਫੇਰ ਨਹੀਂ ਬਣਦੀ ਮੈਂ ਕਿਹਾ ਮੈਨੂੰ ਤਾਂ ਡਰ ਲੱਗਦਾ ਭਾਈ ਤੁਸੀਂ ਕਹੋ ਨਾ ਕੋਈ ਗੱਲ ਬੱਕਰੀ 50,000 ਦੀ ਦੇਵਾਂਗੇ ਜੀ ਅੱਛਾ ਜੀ ਹਾਂਜੀ ਚਲੋ ਜੀ ਥੋੜੀ ਚਲੋ ਮੁੱਲ ਲਾਇਆ ਅਗਲੇ ਨੇ ਧੰਨਵਾਦ ਭਾਈ ਦਾ ਹੈਲੋ ਪਰ ਆਇਆ ਵੀ ਥੋੜਾ ਜਿਹਾ ਹਾਂ ਬਾਈ ਜਾਇਜ਼ ਹਟਮਟ ਕੀ ਸੌਦਾ ਹੁੰਦਾ ਆ ਬਾਈ 10 ਮਿੰਟ ਬਾਈ ਰੁਕ ਜੇ ਮਰ ਗਿਆ ਸੌਦਾ ਚੱਲ ਰਿਹਾ ਛੋਟੇ ਪੈ ਆ ਜਾ ਜਲੰਧਰੋਂ ਮੰਡੀ ਸ਼ਾਮ ਤੱਕ ਖੁੱਲੀ ਆ ਜਾ ਮੈਂ ਮੁੱਲਾ ਪਰੇ ਖੜਾ ਹਾਂ ਹਾਂ ਮੈਂ ਰਾਤ ਆਪਣੀ ਗੱਲ ਹੋਈ ਤੀ ਆ ਜਾ ਹਾਂ 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 ਆ ਜਾ ਤੁਰਿਆ ਹਾਂਜੀ ਮੰਡੀ 6 ਵਜੇ ਤੱਕ ਖੁੱਲੀ ਹੈ ਹਾਂ ਹਾਂ ਟਾਂਗੀ ਵੀ ਲੈ ਦੂੰ ਤੈਨੂੰ ਟਾਂਗੀ 5 ਟਾਂਗੀਆਂ ਵਾਲਾ ਆ ਰਿਹਾ ਉਰੇ ਹਾਂ ਹਾਂ ਟਾਂਗੀ
ਲਵੀ ਸਾਈ ਕੱਢ ਮਿੱਤਰਾ ਐ ਨੀ ਲੋਟ ਆਉਣੀ ਗੱਲ ਨਾ ਤਾਂ ਤੇਥੋਂ 21 ਨਾ 22 ਨਾ 25 ਜਾਇਜ਼ ਗੱਲ ਹੋਊਗੀ ਲੈ ਕਾਲੇ ਅੱਛਾ ਮੁੰਡੇ ਨਾਲ ਕਰਾਂ ਸੰਗਤ ਦੀ ਕਿਵੇਂ ਮੰਨ ਲੇਗਾ ਸੰਗਤ ਦੀ ਕਿਵੇਂ ਮੰਨ ਲੇਗਾ ਮੈਨੂੰ ਪਹਿਲਾਂ ਇਹ ਦੱਸ ਜਵਾਬ ਦੇ ਲੰਬਰਦਾਰ ਤਾਂ ਲੰਬਰਦਾਰ ਹੀ ਰਹੂ ਯਾਰ ਘਰ ਚ ਇੱਕ ਦੀ ਚੱਲਦੀ ਹੁੰਦੀ ਆ ਕਿਉਂ ਸਰਦਾਰ ਲੰਬਰਦਾਰ ਵੀ ਦੁਨੀਆ ਦਾ ਬਣਾਇਆ ਹੀ ਹੁੰਦਾ ਆ ਲੰਬਰਦਾਰ ਕਿਹੜਾ ਉਹੀ ਮੈਂ ਤਾਂ ਕਹਿੰਦਾ ਫਿਰ ਲੰਬਰਦਾਰ ਮੇਰੀ ਮੰਨੇ ਅੱਜ ਲੈ ਮੰਨੇ ਮੇਰੀ ਲੰਬਰਦਾਰ ਬੱਕਰੀ ਲੈ ਛੱਡ ਗੱਲਾਂ ਸਾਰੀਆਂ ਲੰਬਰਦਾਰ ਮਨਾਵਾ 25,000 ਦੀ ਬੱਕਰੀ ਵੇਚ ਜੇ ਤੂੰ ਲੰਬਰਦਾਰ ਹੈ ਕਿਉਂ ਜੀ 5,000 ਫਿਰ ਲੰਬਰਦਾਰ ਹੈ ਜੇ 5,000 ਹਟ ਕੇ ਸਾਡਾ ਦੁਨੀਆ ਦਾ ਬਣਾਇਆ ਹੋਇਆ ਨਹੀਂ ਨਹੀਂ ਫਿਰ ਉਹੀ ਪਿੰਡ ਸਰਪੰਚ ਬਣਾਉਂਦੇ ਆਪਾਂ ਐਂ ਕਿਉਂ ਲੈ ਜਾ ਨਹੀਂ ਨਹੀਂ ਐ ਨੀ ਲਿਜਾਇਆ ਕਰਦੇ ਪੈਸਿਆਂ ਨਾਲ ਲਿਜਾਵਾ 25,000 ਲਾਤਾ ਅਸੀਂ ਮੰਗਿਆ ਕੋਈ ਦਿੱਕਤ ਨੀ ਹੈਗੀ ਠੀਕ ਆ ਮੰਗਣ ਵਾਲਾ ਮੰਗਦਾ ਹੀ ਹੁੰਦਾ ਆ 4,000 ਵੱਧ ਕੇ ਲਾਇਆ ਹੁਣ ਤੇਰੇ ਝੁੱਗਾ ਮੇਚ ਆਉਂਦਾ ਤਾਂ ਦੱਸ ਨਹੀਂ ਆਉਂਦਾ ਤਾਂ ਦੱਸ ਕਿਉਂ ਜੀ ਮੈਂ ਤਾਂ ਅਗਲੇ ਨਾਲ ਲੱਗ ਰਿਹਾ ਮੜਿਕਣ ਮੁੱਲ ਲਾਇਆ ਤੇਰਾ ਧੰਨਵਾਦ ਆਪਾਂ ਤੈਨੂੰ ਇਹ ਤਾਂ ਨੀ ਗੱਲ ਕਹੀ ਵੀ ਤੂੰ ਗਲਤ ਮੁੱਲ ਲਾਇਆ ਜੇ ਦਮ ਹੋਰ ਹੈ ਕਿਉਂ ਸ਼ਰਮਾ ਜੀ ਮੈਂ ਮੜਿਕਾਂ ਨੀ ਮੈਨੂੰ ਕੀ ਲੋੜ ਹੈ ਫਰਕ ਫੁਰਕ ਤਾਂ ਕੁਛ ਨੀ ਉੱਕੀਆਂ ਦੁੱਕੀਆਂ ਦਾ ਹੀ ਫਰਕ ਹੈ ਕੱਚੀਆਂ ਗੋਲੀਆਂ ਮੈਂ ਵੀ ਨੀ ਮੁੰਡਿਆ ਖੇਡਿਆ ਬੁੜੇ ਨੂੰ ਹੀ ਨਾ ਜਾਣੀ ਹਾਂ ਕੁਸ਼ਤੀ ਕਰਨੀ ਆ ਕੁਸ਼ਤੀ ਵੀ ਕਰਨ ਨੂੰ ਤਿਆਰ ਅੱਜ ਤੇਰੇ ਨਾਲ ਮੈਂ ਜੇ ਢਾਲੇਗਾ ਤਾਂ ਵੀ ਕੁਛ ਨੀ ਮੇਰਾ ਬੇਇੱਜ਼ਤੀ ਹੋਣੀ ਆ ਵੀ ਬੁੜਾ ਤਾਂ ਹੈ ਮੈਂ ਤਾਂ ਪੁੱਠਾ ਹੀ ਆ ਲੈਣਾ ਕਰ ਬੱਕਰੀ ਵੇਚੀਏ 26,000 ਦੀ ਹੋਰ ਕਿੱਥੇ ਬਾਣੀ ਨਹੀਂ ਬਹੁਤ ਦੂਰ ਫਿਰਦੀ ਹੋਰ ਕਿੱਥੇ ਬਾਲੀ ਦੂਰ ਤੁਰੀ ਫਿਰਦੀ ਕਿੱਥੇ ਫਿਰਦੀ ਹੈ ਇੱਕੋ ਹੀ ਦੱਸ ਛੱਬੀਆਂ ਵਾਲੀ ਹੈ ਨਹੀਂ ਇੱਕੋ ਹੀ ਦੱਸ ਦੇ ਇੱਕੋ ਹੀ ਦੱਸ ਦੇ ਕਿੱਥੇ ਬੱਕਰੀ ਜਮਾ ਹੀ ਜਾਇਜ਼ ਹਾਂ ਜਾਇਜ਼ ਸਾਰਾ ਹੀ ਰਾਹ ਛੱਡ ਕੇ 45,000 ਦੀ ਬੱਕਰੀ ਲੈ ਜਾ ਲੋਕੀ ਦਾ 500 ਘੱਟਦੇ ਨੇ ਤੈਨੂੰ ਸੂਟਾ ਹੀ ਨੇ ਅੱਜ ਲੈ ਸਾਰੇ ਹੀ ਰਾਹ ਛੱਡ ਕੇ ਦੱਸਾਂ ਬੱਕਰੀ 28,000 ਦੀ ਦੇ ਨਹੀਂ ਨਹੀਂ ਹੁੰਦੀ ਕਿਉਂ ਜੀ 28,000 ਦੀ ਨਹੀਂ ਹੁੰਦੀ ਪੁੱਛਿਆ ਵੀ ਨਹੀਂ ਮੈਨੇ ਮਾਲਕ ਮੇਰੇ ਗੈਲ ਪੈ ਜੇ ਟੰਬਾ ਕੱਢ ਕੇ ਵੀ ਬਿਨਾਂ ਬਰੇਗੋਂ ਰੱਸੇ ਚੱਕੀ ਜਾਂਦਾ ਗਾ ਕਿਉਂ ਚੱਲ ਰਹਿ ਜ਼ਰੂਰੀ ਆ ਬਾਈ ਜੀ ਇਹ ਗੱਲ ਮੈਂ ਤਾਂ ਤੇਰੇ ਵਾਲੀਆਂ ਸੱਟਾਂ ਤਾਂ ਦਿੱਤੀਆਂ ਲਾ ਸੁਣ ਓਏ ਤੱਕਾ ਕੋਈ ਨਹੀਂ ਮੈਂ ਤਾਂ ਤੇਰੇ ਵਾਲੀਆਂ ਸੱਟਾਂ ਤਾਂ ਦਿੱਤੀਆਂ ਲਾ ਹੁਣ 1-2 ਸੱਟ ਮੇਰੇ ਵਾਲੀ ਰਹਿ ਗਈ ਚਲੋ ਆਪਣੀ ਵੀ ਬੋਝ ਕਰੋ ਜੇ ਕਹੇ ਮੈਂ ਲਾ ਲਾਂ ਹੈ ਲਾ ਲਓ ਲਾ ਵੀ ਮਿੱਤਰਾ ਹੋਰਾਂ ਆ ਮੇਰੇ ਵਾਲਾ ਘੋੜਾ ਭਜਾ ਲਾਂ ਤੇਰੇ ਵਾਲਾ ਭਜਾ ਹਾਂ ਘੋੜਾ ਕਿੱਥੇ ਜਾਂਦਾ ਲੈ ਕਰ 29,000 ਦੀ ਦੇ ਹੈ ਤੇਰੇ ਵਾਲਾ ਘੋੜਾ ਦਾ ਕੀ ਸਿਆ 29,000 ਦੀ 29,000 ਦੀ ਓ ਰੇਤੇ ਚ ਰਹਿ ਗਿਆ 30,000 ਦੀ ਦੇ ਯਾਰ ਰੇਤੇ ਚ ਰਹਿ ਗਿਆ ਨਹੀਂ ਨਹੀਂ ਤਾਂ ਆ ਜਾਇਜ਼ ਮੁੱਲ ਦੱਸਤਾ ਹੁਣ ਤੈਨੂੰ ਬੱਕਰੀ ਦਾ ਜਾਇਜ਼ ਮੁੱਲ ਜਾਇਜ਼ ਹੀ ਆ ਹੁਣ ਤਾਂ ਹੁਣ ਨਹੀਂ ਲੰਮਾ ਆਏਗਾ 10,000 ਰੁਪਇਆ ਪਿੱਛੇ ਹਟ ਗਏ ਤੈਨੂੰ ਪਤਾ ਆਪਾਂ ਵੀ ਲਾਉਣ ਲੱਗੇ ਘੌਲੀ ਕਰਦੇ ਲੈਣ ਲੱਗੇ ਮਾੜੀ ਜੀ ਸਾਈ ਫੜ ਹਾਂ ਜੀ ਪੱਠ ਬੱਕਰਾ ਮੈਨੂੰ ਮਾੜੀ ਜੀ ਦੰਦ ਚ ਇੱਕ ਕਰ ਲਾਂ ਦੇ ਉਹ ਨਵੀਂ ਆ ਦੂਜੇ ਸੂਏ ਪਾਠਾ ਉਹ ਵੀ 4-4.5 ਲੀਟਰ ਦੀ ਆਪਣੀ ਗਾਰੰਟੀ ਆ ਤੜਕੇ ਤੜਕੇ ਦਾ ਦੁੱਧ ਝੋਲਾ ਵੀ ਖੋਲ ਕੇ ਦੇਖ ਕੋਈ ਗਾਰੰਟੀ ਨਾ ਦਿਆ ਕਰੋ ਨਹੀਂ ਗਾਰੰਟੀ ਆਪਾਂ ਜਿਹੜੀ ਖਰੀ ਉਹਦੇ ਦੇਣੀ ਫਿਰ ਹੁਣ ਆਪਣੀ ਜਦਿਆਈ ਹੂ ਗਾਰੰਟੀ ਨਾ ਦੇ ਤੂੰ ਮੈਨੂੰ ਤਿੰਨ ਫਿਰ ਯਾਰ ਤੂੰ ਗਾਰੰਟੀ ਨੂੰ ਆਪਾਂ ਨੂੰ ਤਿੰਨ ਡੰਗ ਚੋਲ ਆਉਂਦੇ ਜੇ ਇਹ ਗੱਲ ਤੇ ਆਉਣਾ ਜੇ ਗੱਲ ਤੇ ਆਉਣਾ ਰੁਪਈਆ 50,000 ਦੇਉ ਤਿੰਨ ਡੰਗ ਮੈਨੂੰ ਚੋਣ ਦੇ
ਪੂਰੀ ਬੰਦ ਬੱਕਰੀ ਹੈ ਮੰਡੀ ਚ ਅੱਜ ਵੀ ਖਾਲੀ ਕਰਦੇ ਆ ਆਥਲੇ ਵੀ ਤੜਕੇ ਵੀ ਖਾਲੀ ਕਰਦੇ ਪਹਿਰਾ ਦੇਉ ਬੱਕਰੀ ਦਾ ਲਵੇ ਰਹੂੰ ਹਾਂ 4 ਕਿਲੋ ਹਾਂ ਹਾਂ ਅਸੀਂ ਚੁਮਾਂਗੇ ਬਾਫੇ ਬੱਕਰੀ ਵਿਕਣ ਕੇ ਨਹੀਂ ਰਹਿਣ ਦੇ ਬੰਦ ਮੈਂ ਤੈਨੂੰ 50 ਦੇਊ ਜੇ ਬੱਕਰੀ ਤਿੰਨ ਡੰਗ ਪੂਰਾ ਦੁੱਧ ਕੱਢ ਗਈ ਇਹ ਅੜੀਆਂ ਨਾ ਕਰਿਆ ਕਰੋ ਰਾਜੂ ਹੰਕਾਰ ਨਾਲ ਇਹ ਅੜੀ ਨਾ ਕਰਿਆ ਕਰੋ ਤੁਸੀਂ ਹਾਂ ਨਹੀਂ ਹੈਗਾ ਯਾਰ ਤੈਨੂੰ ਦੁੱਧ ਤਾਂ ਪੁੱਛਿਆ ਨੀ ਮੈਨੇ ਮੈਂ ਤੈਨੂੰ ਦੁੱਧ ਤਾਂ ਪੁੱਛਿਆ ਨੀ ਪਾਈਆ ਨਾ ਦੇਵੇ ਸੁਣ ਸ਼ਰਮਾ ਸੁਣ ਚਾਹੇ ਦੇਖ ਭਾਈ ਜੋਗਰਾਜ ਆ ਜੋਗਰਾਜ ਚਾਹੇ ਪਾਈਆ ਨਾ ਦੇਵੇ ਤੈਨੂੰ ਦੁੱਧ ਤਾਂ ਪੁੱਛਿਆ ਨੀ ਦੁੱਧ ਦੇਊਗਾ ਅਗਲਾ ਆਪਦੀ ਸੇਵਾ ਨਾਲ ਹੁਣ ਦੇ ਜਾਮ ਨਾ ਆਪਾਂ ਗੱਲ ਸੁਣਾ ਦੁੱਧ ਅਗਲਾ ਆਪਦੀ ਸੇਵਾ ਨਾਲ ਲਵੇ ਨਾ ਲਵੇ ਅਗਲੇ ਨੂੰ ਕਿਹੜਾ ਦੀਂਦੀ ਨੀ ਆਪਾਂ ਵੇਚਣ ਆਉਂਦੇ ਆ ਸੁਣ ਚੁੱਪ ਕਰ ਕੱਲ ਦੀ ਭੂਤਨੀ ਸਿਵਿਆਂ ਚੱਦ ਆਪਾਂ ਮੇਲੇ ਚੱਲਦੇ ਆ ਹਾਰ ਸ਼ਿੰਗਾਰ ਲਾ ਕੇ ਜਾਂਦੇ ਆ ਇਹ ਹਰੇਕ ਬੰਦੇ ਨੂੰ ਪਤਾ ਹੈ ਖੜੇ ਲਾ ਕੇ ਲਿਆਉਂਦੇ ਆਪਾਂ ਵੇਚਣ ਦੇ ਬਾਰੇ ਮੱਝ ਹੈ ਗਾਈ ਹੈ ਕੁਛ ਹੈ ਆਪਾਂ ਕਿਸੇ ਮੇਲੇ ਤੇ ਜਾਈਏ ਕੋਈ ਸੁਰਖੀ ਪੋਟਲ ਲਾਊ ਕੋਈ ਬਾਹੂ ਸਿਰ ਕੋਈ ਜੁੱਤੀ ਕੱਟ ਨਹੀਂ ਪਾਊ ਕੋਈ ਸੁਰਮਾ ਪਾਊ ਪੂੰਛਾਂ ਵਾਲਾ ਕਰਦੇ ਕੀ ਨਹੀਂ ਸਾਰਾ ਕੁਛ ਕਰਦੇ ਹਾਂ ਆਪਾਂ ਬਿੰਦਕ ਦੇ ਜਾਮਨ ਆ ਸਾਰਾ ਦਿਨ ਦਾ ਕੋਈ ਠੇਕੇਦਾਰ ਨਹੀਂ ਹੈਗਾ ਮੇਲੇ ਜਾਇਆ ਪਾ ਕੇ ਨਹੀਂ ਆਇਆ ਸੁਰਮਾ ਮੈਨੂੰ ਸ਼ੌਂਕ ਹੈ ਨਹੀਂ ਉਹ ਮੈਂ ਤਾਂ ਉਹੀ ਹੁਸਨ ਚੜਿਆ ਰਹਿੰਦਾ ਅੱਛਾ ਚੱਲ ਆਪਾਂ ਸੌਦਾ ਕਰੀਏ ਲੈ ਰਾ ਕਰ ਲੈ ਆ ਤੂੰ ਇਹ ਜਾਮਨੀ ਨਾ ਲਿਆ ਕਰੋ ਚੰਗਾ ਜੀ ਉਹ ਤਾਂ ਅਗਲੇ ਨੂੰ ਵੀ ਦਿੰਦੀ ਹੈ ਇੱਧਰ ਆ ਗਿਆ ਜੀ ਤੂੰ ਸੌਦਾ ਕਰੋ ਜੀ ਇਹ ਤਾਂ ਤੇਰੀ ਸੇਵਾ ਨੇ ਦੁੱਧ ਪਾਈਆ ਦੇ ਹੱਥ ਪਾ ਦੇ ਮੈਂ ਜਾਣਦਾ ਸਿੱਧੀਆਂ ਗੱਲਾਂ ਨਹੀਂ ਸਿੱਧੀਆਂ ਗੱਲਾਂ ਉਹੀ ਅੜ ਕੇ ਫਿੰਡ ਜਿਉਂ ਖੜ ਜਾਂਦੇ ਨੇ ਉਹ 4 ਕਿਲੋ ਦੇ ਜੇ ਨਾ ਦਿੱਤਾ ਕਢਾਈ ਕਟਾ ਜੀ ਕੀ ਕਰੇਗਾ ਤੂੰ ਸੌਦਾ ਕਰ ਨਾ ਗੱਲ ਕੱਚੀਆਂ ਗੱਲਾਂ ਦਾ ਬਾਈ ਛੋਟੇ ਬਾਈ ਕੋਈ ਗੱਲ ਨਹੀਂ ਪੂਰਾ ਕਰ ਸਾਈ ਸਵਾਲ ਹੀ ਨਹੀਂ ਬੱਕਰੀ ਵੇਚਣੀ ਆ ਵੇਚੀ ਨਹੀਂ ਵੇਚਣੀ ਨਾ ਵੇਚੀ ਬੰਦਾ ਨਹੀਂ ਪੁੱਛਿਆ 32000 ਦੀ ਵੇਚਦੀ ਨਹੀਂ ਵੇਚਦੀ ਬੱਕਰੀ ਹੈ ਕਿਉਂ ਵੀ ਕਸਰ ਨਹੀਂ ਛੱਡੀ ਹੈਗੀ ਮੈਨੇ ਜਮਾ ਸਾਰੀਆਂ ਕਸਰਾਂ ਛੱਡ ਕੇ ਤੈਨੂੰ ਬੱਕਰੀ ਦੱਸਿਆ 45000 ਦੀ ਨਾ 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 ਜਿੱਥੇ ਮਰਜੀ ਵੇਚ ਅਗਲਾ ਲੈਂਦਾ ਮੇਰੇ ਉੱਤੋਂ ਦੀ ਲਵੇ ਨਹੀਂ ਨਾ ਲਵੇ ਮੈਂ ਤਾਂ ਲਾਤਾ ਜ਼ੋਰ ਕੀ ਫਾਇਦਾ ਆ ਹਾਂ ਹੋਰ ਦੇਖ ਲੈਂਦੇ ਕੋ ਜਰਾ ਖੁਸ਼ ਆ ਮਹਾਰਾਜ ਹੋਰ ਦੇਖ ਫਿਰ ਹੋਰ ਦੇਖ ਲੈ ਵੱਡੇ ਹਾਂ ਕੱਲ ਨੂੰ ਤੂੰ ਇਹਨੇ ਕਮੈ ਮਹਿੰਗੀ ਦਵਾਤੀ ਕਿਉਂ ਜੀ ਹਾਂ ਮੈਂ ਦੱਸਦਾ ਸਾਰੀਆਂ ਗੱਲਾਂ ਤੋਂ ਬਈ ਇਹਨਾਂ ਨਿਆਣਾ ਨਹੀਂ 30 ਖਰੀਆਂ ਕਰਾਂ ਓਹੋ ਵੀਰੇ ਉਹ ਕੋਈ ਗੱਲ ਨਹੀਂ ਵੀਰੇ ਇੱਕ ਮਿੰਟ ਤੂੰ ਮੁੱਲ ਤੈਨੂੰ ਪੂਰਾ ਲਾਤਾ ਵੀਰੇ ਤੇਨੇ ਮੁੱਲ ਲਾਇਆ ਬਾਈ ਮੈਂ ਗੁੱਸਾ ਨਹੀਂ ਕਰਦਾ ਨਾ ਗੁੱਸਾ ਨਾ ਮੈਂ ਕਮਾ ਨਾ ਮੈਂ ਗੁੱਸਾ ਕਰਿਆ ਕਦੇ ਤੂੰ ਮੈਨੂੰ ਗਾਲ ਨਾ ਗੁੱਸਾ ਨਹੀਂ ਕਰਦਾ ਇਹ ਮੁੰਡਾ ਵੀ ਗੁੱਸਾ ਨਹੀਂ ਕਰਦਾ ਠੀਕ ਗੁੱਸਾ ਨਹੀਂ ਕਰਦਾ ਤੂੰ ਮੁੱਲ ਲਾਇਆ ਤੂੰ 21000 ਲਾਇਆ ਮੈਂ ਕੋਈ ਬੋਲਿਆ ਸਾਨੂੰ ਵੀ ਪਤਾ ਕਿ ਤੂੰ 55000 ਇਹਨੂੰ ਕੁਛ ਕਹੀ ਜਾਵਾਂ ਮੇਰਾ ਗੁੱਸਾ ਵੀ ਨਹੀਂ ਕਰਦਾ ਇਹ ਮੁੰਡਾ ਕੋਈ ਗੁੱਸੇ ਵਾਲਾ ਲਿੰਕ ਨਹੀਂ ਵੀਰੇ ਤੂੰ ਮੁੱਲ ਲਾਇਆ ਨਾ ਗੁੱਸਾ ਨਹੀਂ ਕਰਨਾ ਕਰਦਾ ਕਰਕੇ ਜਾਓਗੇ ਕਿਸੇ ਅਸੀਂ ਲੜਾਈਆਂ ਕਰਦੇ ਵੀਡੀਓ 'ਚ ਵੀਡੀਓ 'ਚ ਲੜਦੇ ਆ ਗੁੱਸਾ ਨਹੀਂ ਕਰਦਾ ਇਹ ਨਾ ਨਾ ਪਿਆਰ ਦੇ ਸੌਦੇ ਨੇ ਬਾਈ ਯਾਰ ਇੰਨੀਆਂ ਰੂਹਾਂ ਦੇ ਮਸਾ ਤਾਂ ਆਪਾਂ ਮਿਲਣ ਗਏ ਕਿਵੇਂ ਕਰਾਂ ਮੈਂ ਰੋਜ਼ ਭਰਨੇ ਆ ਕਿਵੇਂ ਕੀ ਕਰਨਾ 500 ਘੱਟ ਵਾਧੀ ਹੋ ਜਾਦੇ ਫੂਕ ਮਾਰਦੇ ਮਾੜੀ ਮੋਟੀ ਕਸਰ ਹੈ ਕੰਨ 'ਚ ਫੂਕ ਵੱਜ ਗਈ ਆ ਹੈ ਵੱਜ ਗਈ ਫੂਕ ਉਹ ਬਾਈ ਚੱਲਦਾ ਨਹੀਂ ਹਜੇ ਦੇਖ ਲੈ ਮਾੜਾ ਮੋਟਾ ਕੇਸ 'ਚ ਕਸਰ ਹੈ ਕਰਦਾ 40 ਕੀ ਚੱਕ ਕਰ ਰਿਹਾ ਉੱਥੇ ਨਹੀਂ ਚੱਲਣੀ ਆਪਾਂ ਨੂੰ ਸਾਨੂੰ ਵੀ ਇੰਨਾ ਕੀ ਦਵਾ 40 ਦੀ ਨਾ ਹੀ ਕਰਦਾ ਵਾ ਮੈਂ 45 ਦੀ ਕਰਦਾ ਹਾਂ ਹੈ ਓਏ ਐ ਨਾ ਭੱਜਾ ਮੇਰਾ ਜ਼ੋਰ ਲੱਗਿਆ ਲਗਾਇਆ ਤੁਹਾਡਾ ਕੁਛ ਨਹੀਂ ਗਿਆ ਜ਼ੋਰ ਲੱਗਿਆ ਲਗਾਇਆ ਮੇਰਾ ਸਾਰਾ ਕੁਛ ਹੈ ਗਿਆ ਥੋੜੀ ਗੱਲ ਤੇ ਤੁਸੀਂ ਉੱਪਰ ਚਲੇ ਗਏ ਨਾ ਹੈ ਬੋਲਿਆ ਮੇਰਾ ਜ਼ੋਰ ਲੱਗਿਆ ਲਗਾਇਆ ਬੋਲਿਆ ਉਰਾ ਬੋਲਿਆ ਇੱਕ ਵਾਰੀ ਇਹਨੂੰ ਮੈਂ ਹੋਰ ਮੜਕਦਾ ਜਵਾਗ ਜੇ ਇਹਨੂੰ ਜੈ ਆਰ ਜੈ ਪਾਰ ਦੀ ਕੁਸ਼ਤੀ ਹੈ ਲੈ ਲਾ ਦੇ ਸਿਰਾ ਸਿਰਾ ਇੱਕ ਵਾਰੀ ਜੇ ਕਿਉਂ ਬਾਈ ਕਰਦਾ ਕਿਉਂ ਬਾ ਕਰ ਲੈ ਕੋਈ ਗੱਲ ਬਾਬਾ ਜੀ ਟਾਈਮ ਲੈ ਬਾਈਆਂ ਨਾ ਦੇਖ ਐ ਨਾ ਕਹੀ ਵੀ ਰਾਜੂ ਨੇ ਲਟਾ ਲੈ ਬਾਈਆਂ ਦੋਹੇ ਨਾ ਟਾਈਮੇ ਆ ਫੇਰ ਨਹੀਂ ਟਾਈਮੇ ਤਾਂ 2.5 ਮਿੰਟ ਦਾ ਹੁੰਦਾ ਸੌਦਾ 2.5 ਫੁੱਟ ਹੁੰਦੇ ਨੇ ਚਲੋ ਕਰੋ ਦੇਖ ਲਓ ਹੀ ਲਾ ਦਿਓ ਕਿੱਥੇ ਹੋ ਉਰਾ ਕਰ ਓਏ ਕਸਾਈਆਂ ਦਾ ਕੀ ਫਾਇਦਾ ਬੇਇੱਜ਼ਤੀ 35000 ਦੀ ਚੱਲ ਸਾਨੂੰ ਮੈਨੇ 40000 ਦਾ ਚੱਲ ਆ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀ ਆ ਜਾਂਦੀ ਆ ਭੱਜੀ ਹੀਰ ਜੋਗੀ ਆ ਆ ਗਈ ਵੀਰੇ ਆ ਗਈ ਜਾਈ ਚਾਚਾ ਬੱਕਰੀ ਲਿਆ ਆ ਰਾ ਓਏ ਬਾਈ ਉਰੀ ਬੰਨ ਲੈ ਹਲੇ ਜੀ ਜਾਣਾ ਕੋਈ ਗੱਲ ਨਹੀਂ ਵੀਰੇ ਸਾਈ ਆ ਗਈ ਤੁਸੀਂ ਕੋਈ ਗੱਲ ਨਹੀਂ ਬੱਕਰੀ ਦਾ ਦਿਖਾ ਦਿਓ ਕਿੱਦਾਂ ਬੱਕਰੀ ਲਿਆ ਚਰਨੇ ਬੱਕਰੀ ਲਿਆ ਫੜ ਕੇ ਲਿਆ ਫੜ ਕੇ ਬੱਕਰੀ ਲਓ ਜੀ ਬਾਈ ਜ਼ੋਰ ਲੱਗਿਆ ਲਗਾਇਆ ਮਹਾ ਕਾਨੂੰ ਕੱਚਾ ਸੌਦਾ ਛੱਡਣਾ ਆਲਾ ਕਹਿੰਦਾ ਰਾਜੂ ਕਚੋਲਾ ਪਾ ਕੇ ਸੌਦੇ ਛੱਡ ਦਿੰਦਾ ਯਾਰ ਸੌਦਾ ਸਿਰੇ ਚੜਾਓ ਜੇ ਕਿਸੇ ਦਾ ਰਿਸ਼ਤਾ ਬਣਵਾਤਾ ਕਰਾਤਾ ਤਾਂ ਉਹਦਾ ਵਿਆਹ ਜ਼ਰੂਰ ਕਰਾਓ ਬਾੜ ਦੇ ਵਿੱਚ ਬਈ ਓਏ ਵਿਚਾਰੋ ਨਾ ਹਟਾਓ ਹੈ
अदल बदल हो जाए पिछो कच्चिया गल्लां हो जाण आपां इह कम नहीं करदे अगले ने पैसे लाए ने देखी मेरी छोटू है रोज मैं फोन करता चंडीगढ़ तो मुंडा है रोज बकरी भारी है चंगी है दुध अगले ने अपनी सेवा का लेना लिया भाई मुखी मुखी आ देख भाई बच्चा ए पट्ठ है आ मेमना ਦੋਆਂ ਦੀਆਂ ਚਿੱਟੀਆਂ ਅੱਖਾਂ ਨੇ ਸਰਤਾ ਛੱਡਾ ਕੁੱਟ ਕੁੱਟ ਮਾਰ ਦੂੰ ਦੇਖ ਲੈ ਮੈਨੂੰ ਜਾਣਦਾ ਨਹੀਂ ਤੂੰ ਉਹਦਾ ਟਿਚਰਾ ਕਰਦਾ ਤੈਨੂੰ ਛੇੜ ਕੇ ਲੰਘਦਾ ਮੇਰੀ ਸੱਟ ਚਰ ਨਹੀਂ ਚੱਲ ਸਕਦਾ ਹਰੇਕ ਤੋਂ ਨਹੀਂ ਚੱਲੀ ਜਾਂਦੀ ਉਹ ਇਹਦਾ ਮੈਂ ਭੇਤੀ ਹੋ ਰਿਹਾ ਬੜੇ ਚਿਰ ਦਾ ਹਾਂ ਜੀ ਹਾਂ ਮੇਲੇ ਛੋਟਾ ਜਿਹਾ ਜਾਂਦਾ ਹੁੰਦਾ ਹੈ ਛੋਟਾ ਜਿਹਾ ਜਾਂਦਾ 100 100 ਬੱਕਰੀ ਚਾਰਿਆ ਕਰਦਾ ਮੈਂ ਟੋਹਾਣੇ ਵੋ ਲੱਭ ਲਿਆ ਕਰਨਾ ਨੂੰ ਜਾ ਕੇ ਤਾਏ ਕੋਲੇ ਜਾਣਾ ਹਾਂ ਜੀ ਲਿਓ ਕੇ ਗਿਣ ਲਾਂਗੇ ਆ ਦੇ ਸਾਈ ਵਾਲਾ ਆ ਗਿਆ 500 ਬਾਤ ਕਰਾਂ ਆ ਪਾ ਵਿੱਚ ਆ ਸਾਈ ਵਾਲਾ ਜੀ ਕੋਈ ਨਹੀਂ ਫੜ ਲਓ ਬੰਦੇ ਦੇ ਵਿੱਚ ਆ ਸਿੱਧੇ ਕਰੀ ਚਰਨੀ ਆ ਵੀ ਸਿੱਧੇ ਕਰ ਖੜ ਜਾ ਦੇਖ ਲਾ ਗਿਣ ਕੀ ਲਿਆ ਭਾਈ वीडियो बनाओ जी लो महाराज लो जी वो 30 हो गया दोबारा जाना 1 2 3 4 आ लो जी 5 35,000 दोबारा गिन लो जी आ लो जी थोड़े वादू बकरी तकड़े करके बेची फिर कुछ बनू तेन गल क्यों जी अजे बेच के कुछ भी नहीं बनना तेरा हां हां जी खर्जो 35 जी ठीक है महाराज ਇਹਨਾਂ ਨੂੰ ਚਾਹੇ ਤਾਂ ਲਿਖਾਈ ਕਰਾ ਦੇ ਲਿਖਾਈ ਕਰਾ ਦਾਂਗੇ ਵੀਰੇ ਚਾਹੇ ਛੋੜ ਕਰ ਨਾ ਨਾ ਕੋਈ ਨਹੀਂ ਇਹ ਆਪਦੇ ਕੰਨੀ ਆਪੀ ਦੇ ਦੇਣਗੇ ਪੈਸੇ ਤੂੰ ਨਾ ਦੇ ਤੇ ਪਰਚੀ ਲੈ ਲਿਓ ਵੀਰੇ ਭਰਾਵਾ ਤੂੰ 100 ਛਡਾ ਲਈ ਭਾਵੇਂ ਲਿਖਾਈ ਹਾਂ ਠੀਕ ਹੋ ਜੀ ਮਹਾਰਾਜ ਹੁਣ ਛੁੱਟੀ ਹੈ ਸਾਨੂੰ ਹੋਰ ਦੇਖ ਲਈਏ ਕੋਈ ਦੇਖੋ ਜੀ